ਸਾਡੇ YouTube ਚੈਨਲ ਸਮਾਈਲਾ ਟਿਊਟੋਰੀਅਲਸ ਵਿੱਚ ਤੁਹਾਡਾ ਸਵਾਗਤ ਹੈ। ਜੇਕਰ ਤੁਸੀਂ ਅਜੇ ਤੱਕ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਕਿਰਪਾ ਕਰਕੇ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਸਾਡੀਆਂ ਨਵੀਂ ਵੀਡੀਓਜ਼ ਦੇ ਨੋਟੀਫਿਕੇਸ਼ਨ ਨਾਲ ਨਾਲ ਮਿਲਦੇ ਰਹਿਣ। ਮੈਂ ਬ੍ਰਿਜਰਾਜ, ਕੰਪਿਊਟਰ ਫੈਕਲਟੀ। ਅੱਜ ਅਸੀਂ ਵਿਸ਼ਾ ਕੰਪਿਊਟਰ ਸਾਇੰਸ ਜਮਾਤ 9ਵੀਂ ਪਾਰਟ 3 ਨੈਟਵਰਕਿੰਗ ਵਿੱਚ ਇਸ ਪਾਠ ਦੇ ਖਾਲੀ ਥਾਵਾਂ ਅਤੇ ਸਹੀ ਗਲਤ ਪੜਾਂਗੇ। ਤੇ ਇਹ ਪਾਠ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਨੈਟਵਰਕਿੰਗ ਬਾਰੇ ਦੱਸਣਾ ਚਾਹਾਂਗਾ ਕਿ ਨੈਟਵਰਕਿੰਗ ਨੂੰ ਕੰਪਿਊਟਰ ਨੈਟਵਰਕ ਜਾਂ ਕੰਪਿਊਟਰ ਨੈਟਵਰਕਿੰਗ ਵੀ ਕਿਹਾ ਜਾਂਦਾ ਹੈ। ਤੇ ਨੈਟਵਰਕ ਦਾ ਅਰਥ ਹੁੰਦਾ ਹੈ ਕਿ ਜਦੋਂ ਅਸੀਂ 2 ਜਾਂ 2 ਤੋਂ ਵੱਧ ਕੰਪਿਊਟਰਾਂ ਨੂੰ ਆਪਸ ਵਿੱਚ ਜੋੜਦੇ ਹਾਂ ਤਾਂ ਉਸ ਨੂੰ ਕੰਪਿਊਟਰ ਨੈਟਵਰਕ ਕਿਹਾ ਜਾਂਦਾ ਹੈ। ਤੇ ਕੰਪਿਊਟਰ ਨੈਟਵਰਕ ਦੀ ਵਰਤੋਂ ਨਾਲ ਅਸੀਂ ਰਿਸੋਰਸਿਸ ਦੀ ਸਾਂਝ ਕਰ ਸਕਦੇ ਹਾਂ ਤੇ ਡਾਟਾ ਦਾ ਸੰਚਾਰ ਵੀ ਕਰ ਸਕਦੇ ਹਾਂ। ਤੇ ਸਭ ਤੋਂ ਪਹਿਲਾਂ ਖਾਲੀ ਥਾਵਾਂ ਭਰੋ, ਮੀਨਸ ਫਿਲਪਸ। ਨੰਬਰ 1, ਡੈਸ਼ 2 ਜਾਂ 2 ਤੋਂ ਵੱਧ ਕੰਪਿਊਟਰਾਂ ਦਾ ਇਕੱਠ ਹੁੰਦਾ ਹੈ। ਤੇ ਇਸ ਦੀ ਆਪਸ਼ਨ ਨੇ ਨੈਟਵਰਕ, ਇੰਟਰਨੈਟ, ਵਾਇਰਲੈਸ ਤੇ ਟੋਪੋਲੋਜੀ। ਤੇ ਇਸਦਾ ਸਹੀ ਆਂਸਰ ਹੈ ਨੈਟਵਰਕ, ਕਿ ਜਦੋਂ ਅਸੀਂ 2 ਜਾਂ 2 ਤੋਂ ਵੱਧ ਕੰਪਿਊਟਰਾਂ ਨੂੰ ਜੋੜਦੇ ਹਾਂ ਜਾਂ ਇਕੱਠਾ ਕਰਦੇ ਹਾਂ ਤਾਂ ਉਸਨੂੰ ਕਿਹਾ ਜਾਂਦਾ ਹੈ ਨੈਟਵਰਕ ਜਾਂ ਕੰਪਿਊਟਰ ਨੈਟਵਰਕ। ਕੁਐਸਚਨ ਨੰਬਰ 2, ਡੈਸ਼ ਇੱਕ ਆਮ ਕੰਪਿਊਟਰ ਸਿਸਟਮ ਹੈ ਜੋ ਕਿ ਨੈਟਵਰਕ ਵਿੱਚ ਸਰੋਤਾਂ ਦੀ ਸਾਂਝ ਕਰਨ ਲਈ ਜੁੜਿਆ ਹੁੰਦਾ ਹੈ। ਇਸ ਦੇ ਆਪਸ਼ਨ ਨੇ ਸਰਵਰ, ਕਲਾਇੰਟ ਜਾਂ ਨੋਡ, ਲੈਨ ਤੇ ਵੈਨ। ਤੇ ਇਸ ਦੇ ਆਂਸਰ ਹੈ ਕਲਾਇੰਟ ਜਾਂ ਨੋਡ। ਮੈਂ ਤਾਂ ਦੱਸਣਾ ਚਾਹਾਂਗਾ ਕਿ ਨੈਟਵਰਕ ਵਿੱਚ 2 ਤਰ੍ਹਾਂ ਦੇ ਕੰਪਿਊਟਰ ਹੁੰਦੇ ਨੇ। ਇੱਕ ਕੰਪਿਊਟਰ ਉਹ ਹੁੰਦਾ ਹੈ ਜਿਸਨੂੰ ਸਰਵਰ ਕਿਹਾ ਜਾਂਦਾ ਹੈ ਤੇ ਇੱਕ ਕੰਪਿਊਟਰ ਉਹ ਹੁੰਦਾ ਹੈ ਜਿਸਨੂੰ ਕਲਾਇੰਟ ਜਾਂ ਨੋਡ ਕਿਹਾ ਜਾਂਦਾ ਹੈ। ਸਰਵਰ ਇੱਕ ਸ਼ਕਤੀਸ਼ਾਲੀ ਕੰਪਿਊਟਰ ਹੁੰਦਾ ਹੈ ਜਿਹੜਾ ਜਿੰਨੇ ਵੀ ਕੰਪਿਊਟਰ ਨੈਟਵਰਕ 'ਚ ਜੁੜੇ ਹੁੰਦੇ ਨੇ ਉਹਨਾਂ ਨੂੰ ਸਰੋਤ ਪ੍ਰਦਾਨ ਕਰਦਾ ਹੈ। ਬਟ ਕਲਾਇੰਟ ਜਾਂ ਨੋਡ ਇੱਕ ਅਜਿਹਾ ਕੰਪਿਊਟਰ ਹੈ ਜਿਹੜਾ ਸਰੋਤਾਂ ਦੀ ਸਾਂਝ ਕਰਦਾ ਹੈ। ਤੇ ਉਹ ਸਾਂਝ ਕਿਹੜੇ ਸਰੋਤਾਂ ਦੀ ਕਰਦਾ ਹੈ? ਜਿਹੜੇ ਸਰਵਰ ਵੱਲੋਂ ਸ਼ੇਅਰ ਕੀਤੇ ਜਾ ਰਹੇ ਨੇ। ਤੇ ਨੈਟਵਰਕ ਵਿੱਚ ਜਿਹੜਾ ਮੁੱਖ ਕੰਪਿਊਟਰ ਹੁੰਦਾ ਉਹਨੂੰ ਸਰਵਰ ਕਿਹਾ ਜਾਂਦਾ ਹੈ ਤੇ ਬਾਕੀ ਜਿੰਨੇ ਵੀ ਕੰਪਿਊਟਰ ਨਾਲ ਜੁੜੇ ਹੁੰਦੇ ਨੇ ਉਸਨੂੰ ਕਲਾਇੰਟ ਜਾਂ ਨੋਡ ਕਿਹਾ ਜਾਂਦਾ ਹੈ। ਜਿੱਦਾਂ ਸਾਡੇ ਸਕੂਲ ਦੀ ਕੰਪਿਊਟਰ ਲੈਬ ਦੀ ਆਪਾਂ ਗੱਲ ਕਰੀਏ ਤੇ ਸਾਡੇ ਸਕੂਲ ਦੀ ਕੰਪਿਊਟਰ ਲੈਬ 'ਚ 24 ਕੰਪਿਊਟਰ ਹੁੰਦੇ ਨੇ ਤੇ ਉਹਦੇ 'ਚ 6-6 ਦਾ ਨੈਟਵਰਕ ਬਣਿਆ ਜਿਹੜਾ ਜਿਹਦੇ ਨਾਲ CPU ਲੱਗਾ ਹੋਏਗਾ ਮੇਨ ਉਸਨੂੰ ਸਰਵਰ ਬੋਲਾਂਗੇ ਤੇ ਬਾਕੀ ਜਿੱਦਾਂ ਅਸੀਂ ਯੂਜ਼ਰ 1, 2, 3, 4, 5 ਖੋਲਦੇ ਹਾਂ ਉਹ ਕੀ ਹੋਣਗੇ? ਕਲਾਇੰਟ ਜਾਂ ਨੋਡ। ਤੇ ਨੰਬਰ 3, ਡੈਸ਼ ਇੱਕ ਅਜਿਹਾ ਯੰਤਰ ਹੈ ਜੋ ਤੁਹਾਨੂੰ ਬਹੁ ਪੱਖੀ ਕੰਪਿਊਟਰਾਂ ਨੂੰ ਇਕਹਿਰੇ ਨੈਟਵਰਕ ਯੰਤਰ ਨਾਲ ਜੁੜਨ ਦੀ ਆਗਿਆ ਦਿੰਦਾ ਹੈ। ਤੇ ਇਸਦੇ ਆਪਸ਼ਨ ਨੇ ਹੱਬ, ਬੱਸ, ਰਿੰਗ ਤੇ ਸਟਾਰ। ਤੇ ਇਸਦਾ ਸਹੀ ਆਂਸਰ ਹੈ ਹੱਬ। ਹੱਬ ਬਾਰੇ ਇਸ ਚੈਪਟਰ 'ਚ ਅਸੀਂ ਅੱਗੇ ਡਿਟੇਲ ਵਿੱਚ ਪੜਾਂਗੇ। ਤੇ ਦੱਸਣਾ ਚਾਹਾਂਗਾ ਕਿ ਤੁਹਾਨੂੰ ਮੈਂ ਦੱਸਿਆ ਕਿ ਕੰਪਿਊਟਰ ਨੈਟਵਰਕ ਦੀ ਡੈਫੀਨੇਸ਼ਨ ਹੁੰਦੀ ਹੈ ਕਿ ਜਦੋਂ 2 ਜਾਂ 2 ਤੋਂ ਵੱਧ ਕੰਪਿਊਟਰਾਂ ਨੂੰ ਆਪਸ ਵਿੱਚ ਜੋੜਿਆ ਜਾਂਦਾ ਹੈ ਤਾਂ ਉਸਨੂੰ ਨੈਟਵਰਕ ਜਾਂ ਕੰਪਿਊਟਰ ਨੈਟਵਰਕ ਕਿਹਾ ਜਾਂਦਾ ਹੈ। ਤੇ ਜੋੜਨ ਦਾ ਮਤਲਬ ਇਹ ਨਹੀਂ ਹੈ ਕਿ ਪਹਿਲੇ ਨੂੰ ਦੂਜੇ ਨਾਲ ਜੋੜ ਦਿਉ, ਦੂਜੇ ਨੂੰ ਤੀਜੇ ਨਾਲ, ਤੀਜੇ ਨੂੰ ਚੌਥੇ ਨਾਲ। ਇੱਦਾਂ ਅਸੀਂ ਕਦੇ ਵੀ ਨਹੀਂ ਕਰ ਸਕਦੇ। ਤੇ ਉਹਦੇ ਲਈ ਆਪਾਂ ਕੀ ਕਰਾਂਗੇ? ਸਾਨੂੰ ਇੱਕ ਅਜਿਹਾ ਯੰਤਰ ਚਾਹੀਦਾ ਜਿਹੜਾ ਨੈਟਵਰਕ ਬਣਾਉਣ ਦੇ ਕੰਮ ਆਵੇ। ਤੇ ਉਹ ਯੰਤਰ ਕੀ ਹੁੰਦਾ? ਹੱਬ। ਤੇ ਹੱਬ ਦੀ ਮਦਦ ਨਾਲ ਅਸੀਂ ਕੀ ਕਰ ਸਕਦੇ ਹਾਂ? ਕਾਫ਼ੀ ਜ਼ਿਆਦਾ ਕੰਪਿਊਟਰਾਂ ਨੂੰ ਨੈਟਵਰਕ ਨਾਲ ਜੋੜ ਸਕਦੇ ਹਾਂ। ਕੁਐਸਚਨ ਨੰਬਰ 4, ਡੈਸ਼ ਨੈਟਵਰਕ ਵਿੱਚ ਸਾਰੇ ਯੰਤਰ ਇੱਕੋ ਕੇਬਲ ਦੀ ਸਾਂਝ ਕਰਦੇ ਹਨ ਅਤੇ ਡਾਟਾ ਇੱਕੋ ਦਿਸ਼ਾ ਵਿੱਚ ਜਾਂਦਾ ਹੈ। ਤੇ ਇਸਦੇ ਆਪਸ਼ਨ ਨੇ ਸਿੰਗਲ ਰਿੰਗ, ਡਿਊਲ ਰਿੰਗ, ਮੈਨ ਤੇ ਲੈਨ। ਤੇ ਇਸਦਾ ਆਂਸਰ ਹੈ ਸਿੰਗਲ ਰਿੰਗ। ਜਦੋਂ ਡਾਟਾ ਇੱਕੋ ਦਿਸ਼ਾ ਵਿੱਚ ਜਾਵੇਗਾ ਇੱਕੋ ਕੇਬਲ ਦੀ ਸਾਂਝ ਕਰਕੇ ਉਸਨੂੰ ਕਹਾਂਗੇ ਸਿੰਗਲ ਰਿੰਗ। ਜਿਹੜੀ ਡਿਊਲ ਰਿੰਗ ਹੁੰਦੀ ਹੈ ਇਹਦੇ 'ਚ ਇੱਕੋ ਸਮੇਂ ਦੇ ਡਾਟਾ ਦੋਨਾਂ ਦਿਸ਼ਾਵਾਂ ਵਿੱਚ ਜਾ ਸਕਦਾ ਹੈ। ਤੇ ਮੈਨ ਦਾ ਮਤਲਬ ਹੁੰਦਾ ਮੈਟਰੋਪੋਲੀਟਨ ਏਰੀਆ ਨੈਟਵਰਕ ਤੇ ਲੈਨ ਦਾ ਮਤਲਬ ਹੁੰਦਾ ਲੋਕਲ ਏਰੀਆ ਨੈਟਵਰਕ। ਮੈਨ ਤੇ ਲੈਨ ਜਿਹੜੇ ਨੇ ਇਹ ਨੈਟਵਰਕ ਦੀਆਂ ਕਿਸਮਾਂ ਨੇ। ਲੈਨ 1 ਕਿਲੋਮੀਟਰ ਦੇ ਏਰੀਆ 'ਚ ਵਰਤਿਆ ਜਾਂਦਾ ਹੈ ਤੇ ਮੈਨ ਜਿਹੜਾ ਪੂਰੇ ਸ਼ਹਿਰ 'ਚ ਵਰਤਿਆ ਜਾਂਦਾ ਹੈ। ਤੇ 5ਵਾਂ ਕੁਐਸਚਨ ਹੈ, ਡੈਸ਼ ਸੂਚਨਾ ਨੂੰ ਬਣਾ ਕੇ ਅੱਗੇ ਭੇਜਦਾ ਹੈ। ਇਸ ਦੇ ਆਪਸ਼ਨ ਹੈ ਪ੍ਰੋਟੋਕੋਲ, ਰਿਸੀਵਰ, ਸੈਂਡਰ ਤੇ ਹੱਬ। ਤੇ ਇਸਦਾ ਸਹੀ ਆਂਸਰ ਹੈ ਸੈਂਡਰ। ਸੈਂਡਰ ਦਾ ਮਤਲਬ ਹੈ ਕਿ ਜਿਹੜਾ ਯੂਜ਼ਰ ਸੂਚਨਾ ਅੱਗੇ ਬਣਾ ਕੇ ਭੇਜਦਾ ਉਸਨੂੰ ਸੈਂਡਰ ਕਿਹਾ ਜਾਂਦਾ ਹੈ। ਜਿੱਦਾਂ ਅਸੀਂ ਮੰਨ ਲਓ ਵਟਸਐਪ 'ਤੇ ਚੈਟ ਕਰਦੇ ਹਾਂ, ਜਦੋਂ ਅਸੀਂ ਆਪਣੇ ਕਿਸੇ ਫਰੈਂਡ ਨੂੰ ਮੈਸੇਜ ਭੇਜਦੇ ਹਾਂ ਜਾਂ ਗਰੁੱਪ 'ਚ ਭੇਜਦੇ ਹਾਂ ਅਸੀਂ ਕੌਣ ਹੋਵਾਂਗੇ? ਸੈਂਡਰ। ਅਤੇ ਜਿਹੜਾ ਸਾਡੇ ਮੈਸੇਜ ਨੂੰ ਪੜ੍ਹੇਗਾ ਉਹ ਕੌਣ ਹੋਏਗਾ? ਰਿਸੀਵਰ। ਬਾਅਦ 'ਚ ਰਿਸੀਵਰ ਜਦੋਂ ਸਾਡਾ ਰਿਪਲਾਈ ਕਰਦਾ ਤਾਂ ਰਿਸੀਵਰ ਕੀ ਬਣ ਜਾਏਗਾ? ਸੈਂਡਰ। ਅਤੇ ਅਸੀਂ ਕੀ ਬਣ ਜਾਵਾਂਗੇ? ਰਿਸੀਵਰ। ਅਤੇ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਪਰਸਨ ਨੈਟਵਰਕ ਵਿੱਚ ਮੈਸੇਜ ਭੇਜਦਾ ਉਹਨੂੰ ਕੀ ਕਹਿੰਦੇ ਨੇ? ਸੈਂਡਰ। ਅਤੇ ਅੱਗੇ ਹੈ ਸਹੀ ਜਾਂ ਗਲਤ ਲਿਖੋ,
मीन्स ट्रू फॉल्स। ते पहला है लैन एक बहुत वड्डे भूगोलिक खेत्र विच हुंदा है, यह बिल्कुल गलत है। जबकि लैन है, लैन एक लोकल एरिया नेटवर्क है जिहड़ा बहुत ही छोटे खेत्र विच फैलिया हुंदा है, जिदा आपां कह सकते हैं स्कूल की कंप्यूटर लैब, कॉलेज की कंप्यूटर लैब जां किसी ऑफिस की बिल्डिंग। ते लैन बारे तुहानूं दसना चाहांगा कि लैन एक अजिहा नेटवर्क है जिसका खेतर 1 किलोमीटर तो वध नहीं हो सकता, ते 1 किलोमीटर की रेंज विच ही हुंदा है। ते नंबर 2, फुल डुप्लैक्स विच सूचना दोहां दिशावां विच भेजी जाती है, यह बिल्कुल सही है। तुहानूं दसना चाहांगा कि फुल डुप्लैक्स एक ट्रांसमिशन मोड है, ते ट्रांसमिशन मोड 3 तरह के होंदे ने। एक होंदा सिंपलैक्स, सिंपलैक्स विच सूचना सिर्फ इक्को दिशा विच जा सकती है, वापस नहीं आ सकती। एक होंदी हाफ डुप्लैक्स, ते हाफ डुप्लैक्स का मतलब है कि सूचना दोनों दिशावां जा सकती है बट एक समय से इक्को दिशा विच जा सकती है। जे फुल डुप्लैक्स विच सूचना दोनों दिशावां भेजी जा सकती है। ते नंबर 3, प्रोटोकॉल डाटा संचार के समय वरते जाने के नियम होंगे हैं, तो यह बिल्कुल सही है। तो प्रोटोकॉल का अर्थ होंगे रूल्स एंड रेगुलेशंस। जो आप नैटवर्क के डाटा का संचार करते हाँ उस समय जेडे रूल्स अभी फॉलो करते हाँ नैटवर्क के, उन्होंने प्रोटोकॉल्स कहा जाता है। जिस तरह असं रोड से तुरते हाँ, रोड से तुरन समय सानू ट्रैफिक के रूल फॉलो करने पैंदे ने, तो वह की है प्रोटोकॉल्स। उसी तरह जदों असी नैटवर्क में डाटा का संचार करना होवे जिहड़े नियम वरते जाते हैं उन्होंने प्रोटोकॉल कहा जाता है। नंबर 4, नैटवर्क सानू सिक्योरिटी प्रदान नहीं करता, यह बिल्कुल गलत है, जबकि नैटवर्क सानू सिक्योरिटी प्रदान करता है। नंबर 5, कंप्यूटर की गिनती वधन ते नैटवर्क की काम करने की समर्था वध जाती है, यह बिल्कुल सही है। क्यों? क्योंकि जो असं मान लो एक सिंगल स्टैंड अलोन पीसी के काम करते पे हाँ जो नैटवर्क में नहीं है, तो बाकी यूजर्स वेट करनी पेगी कदों कंप्यूटर फ्री होगा। बट नैटवर्क में की है, इस सर्वर नाल जिदा ही कंप्यूटर जोड़ते जावे तो जिन्हें यूजर उस बैठे हो वेट करने की जरूरत नहीं पवेगी, वो जो कंप्यूटर उन्होंने फ्री मिलेगा नैटवर्क उसे बह के अपना काम कर सकते हैं। तो अज लिए इन्ना ही, अगली बार फिर किसी नवे टॉपिक नाल मिलेंगे। जेकर तुहाडी कोई क्वेरी है तो तुसी कमेंट सैक्शन पूछ सकते हो, जां अपने कंप्यूटर टीचर की मदद ले सकते हो। धन्यवाद।